ਪੇਵਾਂ ਦੇ ਮਾਮੇ ਬੈਠੇ ਆ। ਅੱਛਾ 69 ਚ। ਉੱਥੇ ਯੂਸਫ। ਅੱਛਾ ਅੱਛਾ। ਯੂਸਫ ਜਿਹੜਾ ਡਾਕਟਰ ਸਦੀਕ ਮਲਤਾਨ ਰਹਿੰਦਾ। ਅੱਛਾ, ਇੱਕ ਪਟਵਾਰੀ ਆ ਉੱਥੇ 69 ਚ, ਨਹਿਰੀ ਪਟਵਾਰੀ ਅਨਵਰ, ਜਾਣਨਾ ਉਹਨੂੰ? ਉਹ ਅਨਵਰ ਪਤਾ ਨਹੀਂ ਕਿੱਧਰ ਚਲੇ ਗਿਆ, ਜ਼ਮੀਨ ਵੇਚ ਕੇ 69 ਚੋਂ ਚਲਾ ਗਿਆ। ਚਲੇ ਗਿਆ। ਅੱਛਾ। ਹਾਂ ਅੱਛਾ। ਤੁਸੀਂ ਆਪਣਾ ਜ਼ਿਲ੍ਹਾ ਕਿਹੜਾ ਸੀ ਤੁਹਾਡਾ ਪਿਛਲਾ? ਹੁਸ਼ਿਆਰਪੁਰ। ਹੁਸ਼ਿਆਰਪੁਰ ਦੇ ਹੋ, ਫਿਰ ਤੁਸੀਂ ਬੰਦੇ ਤਾਂ ਬੜੇ ਹੁਸ਼ਿਆਰ ਹੋ ਗਏ। ਹਾਂ ਹੁਸ਼ਿਆਰ ਤਾਂ ਅਸੀਂ ਬਹੁਤ, ਤਾਂ ਤਾਂ ਮਿਸਤਰੀ ਆਖੇ ਲੱਗਦੇ ਹਾਂ। ਹੁਸ਼ਿਆਰ ਤੁਸੀਂ ਇੰਨੇ ਕੁ। ਅੱਛਾ, ਉੱਥੇ ਆਪਣਾ ਖੈਰ ਖਰੀਅਤ ਨਾਲ ਆ ਗਏ ਸੀ ਹੁਸ਼ਿਆਰਪੁਰੋਂ? ਬਸ ਆ ਗਿਆ ਜੀ, ਅਸੀਂ ਤਾਂ, ਮੇਰਾ ਤਾਂ ਜੰਪਾਲ ਇੱਧਰ ਦਾ ਨਹੀਂ, ਵਡੇਰੇ ਦੱਸਦੇ ਹੀ ਹੋਣੇ ਆ। ਉਹ ਖੈਰ ਨਾਲੇ ਆ ਗਿਆ, ਆ ਗਿਆ ਤਾਂ ਮਾਲ ਬੰਨੀ ਛੱਡ ਗਏ ਹਿੰਦੁਸਤਾਨ ਵੱਲ ਦੇ। ਛੱਡ ਕੇ ਆ ਗਏ? ਆਹੋ ਬਈ, ਸਭ ਕੁਝ ਆਪਣੀਆਂ ਜਾਨਾਂ ਲੈ ਕੇ ਨਿਕਲੇ। ਅੱਛਾ। ਫਿਰ ਦਾਦੇ ਕਹਿੰਦੇ ਟਾਹਲੀਆਂ ਦੇ ਪੱਤੇ, ਬਾਣਾਂ ਦੇ ਪੱਤੇ ਖਾ ਕੇ ਗੁਜ਼ਾਰੇ ਕੀਤੇ। ਅੱਛਾ, ਬੜਾ ਔਖਾ ਵਕਤ ਸੀ ਉਹ ਬਹੁਤ। ਅੱਛਾ, ਉਹ ਨਿੱਕੀਆਂ ਆਉਂਦੀ ਸਮਝ ਕੀ ਖੜਕਦਾ।